ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੌਂਗ ਡੈਮ ਵਿੱਚ ਬਰਡ ਫਲੂ ਕਾਰਨ ਮਰੇ 2300 ਤੋਂ ਵੱਧ ਪ੍ਰਵਾਸੀ ਪੰਛੀਆਂ ਦੀ ਮੌਤ ਨੂੰ ਦੇਖਦਿਆਂ ਕਈ ਸੁਰੱਖਿਆ ਉਪਰਾਲੇ ਸ਼ੁਰੂ ਕੀਤੇ ਨੇ। ਜ਼ਿਲ੍ਹਾ ਪ੍ਰਸ਼ਾਸਨ ਨੇ ਚਿਕਨ ਮੱਛੀਆਂ ਅਤੇ ਪੋਲਟਰੀ ਨਾਲ ਸੰਬੰਧਿਤ ਹੋਰ ਕਈ ਚੀਜ਼ਾਂ ਦੀ ਕਾੰਗੜਾ ਜ਼ਿਲ੍ਹੇ ਵਿੱਚ ਵਿਕਰੀ ਅਤੇ ਖਰੀਦ ਤੇ پابੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਪੌਂਗ ਡੈਮ ਦੇ ਆਲੇ-ਦੁਆਲੇ 1 ਕਿਲੋਮੀਟਰ ਦੇ ਇਲਾਕੇ ਨੂੰ ਅਲਰਟ ਜ਼ੋਨ ਐਲਾਨਿਆ ਹੈ ਅਤੇ ਹਰ ਤਰ੍ਹਾਂ ਦੀ ਮਨੁੱਖੀ ਗਤੀਵਿਧੀ ਤੇ ਰੋਕ ਲਗਾ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਉਲੱਭ ਜਾਤੀ ਦੇ ਹੰਸਾਂ ਸਮੇਤ 200 ਤੋਂ ਵੱਧ ਪ੍ਰਵਾਸੀ ਪੰਛੀ ਪੌਂਗ ਡੈਮ ਝੀਲ ਵਿੱਚ ਮਰੇ ਹੋਏ ਪਾਇਆ ਗਿਆ stdc ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬर्ड ਫਲੂ ਦੇ ਮਾਮਲਿਆਂ ਵਿੱਚ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦੇ ਹਰੀਕੇ ਪੱਤਨ ਗੁਰਦਾਸਪੁਰ ਦੇ ਕੇਸ਼ਵਪੁਰ ਛਮ ਨੰਗਲ ਰੂਪਨਗਰ ਅਤੇ ਕੁਛੋਰ ਚਾਲਗਾਹ ਤੇ ਅਲਰਟ ਜਾਰੀ ਕੀਤਾ ਹੈ ਹਰੀਕੇ ਰੇਂਜ ਦੇ ਅਧਿਕਾਰੀ ਕਵਲਜੀਤ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਛੀਆਂ ਤੇ ਜਲ ਜੀਵਾਂ ਬਾਰੇ ਹੋਰ ਵਾਧੂ ਜਾਣਕਾਰੀ ਲਈ ਜਲਗਾ ਮਿੱਤਰਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ ਜੋ ਪਾਣੀ ਦੇ ਪੰਛੀਆਂ ਦੇ ਵਿਹਾਰ ਤੇ ਨਜ਼ਰ ਰੱਖਦਾ ਹੈ ਮਧਪਰਦੇਸ਼ ਵਿੱਚ ਵੀ ਬर्ड ਫਲੂ ਦੇ ਵਾਇਰਸ ਦੀ ਮੌਜੂਦਗੀ ਨੂੰ ਦੇਖਦਿਆਂ ਪਸ਼ੂ ਪਾਲਣ ਵਿਭਾਗ ਨੇ ਬर्ड ਫਲੂ ਦੀ ਚੇਤਾਵਨੀ ਜਾਰੀ ਕੀਤੀ ਹੈ ਸੂਬੇ ਦੇ ਪਸ਼ੂ ਪਾਲਣ ਮੰਤਰੀ ਪ੍ਰੇਮ ਸਿੰਘ ਨੇ ਕਿਹਾ ਕਿ ਸੂਬੇ ਦੇ ਇੰਦੌਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਕੁਝ ਕਾਵਾਂ ਦੀ ਮੌਤ ਹੋਣ ਦੀ ਰਿਪੋਰਟਸ ਆਮ ਨੇ ਆਈ ਸੀ ਜਿਸ ਦੀ ਜਾਂਚ ਕਰਨ ਤੇ ਉਹਨਾਂ ਵਿੱਚ ਵਾਇਰਸ ਪਾਇਆ ਗਿਆ ਹੈ ਇਸੀ ਤਰ੍ਹਾਂ Rajasthan ਦੇ 10 ਜ਼ਿਲ੍ਹਿਆਂ ਵਿੱਚ ਬੀਤੇ 24 ਘੰਟਿਆਂ ਦੌਰਾਨ ਬर्ड ਫਲੂ ਦੇ ਸ਼ੱਕੀ ਮਾਮਲੇ ਰਿਪੋਰਟ ਹੋਏ ਨੇ ਰਿਪੋਰਟ ਅਨੁਸਾਰ ਹਨੂਮਾਨਗੜ, 나ਗੌਰ, बांसवाड़ा, सीकर, सवाई माधोपुर, जैसलमेर, अजमेर ਅਤੇ भीलवाड़ा ਜ਼ਿਲ੍ਹਿਆਂ ਵਿੱਚ ਕਾਮਾਂ ਤੇ ਹੋਰ ਪੰਛੀਆਂ ਦੇ ਮਰਨ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਇਹਨਾਂ ਜ਼ਿਲ੍ਹਿਆਂ ਵਿੱਚ ਮਰਨ ਵਾਲੇ ਪੰਛੀਆਂ ਦੇ ਨਮੂਨੇ ਜਾਂਚ ਲਈ ਪੋਪਾਲ ਭੇਜੇ ਗਏ ਨੇ